ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦੀ ਪੰਜਾਬ ਦੇ ਵਿੱਚ ਇੱਥੇ ਸਕੂਲੀ ਬੱਸ ਖੱਡੇ ਚ ਪਲਟੀ ਹਾਦਸਾ ਦੇਖ ਉੱਡੇ ਸਭ ਦੇ ਹੋਸ਼ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋ ਪੰਜਾਬ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਜੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਤਸਵੀਰਾਂ ਨੂੰ ਵੇਖ ਕੇ ਤੁਸੀਂ ਸਹੀ ਜੇ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਦਰਦਨਾਕ ਮੰਜ਼ਰ ਹੋਵੇਗਾ ਕਿੰਨਾ ਭਿਆਨਕ ਹਾਦਸਾ ਹੋਵੇਗਾ ਕਿੰਨੀ ਬੱਚਿਆਂ ਦੀ ਜਾਨ ਤੇ ਬਣੀ ਹੋਏਗੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਾਮਲਾ ਜੀਰਕਪੁਰ ਤੋਂ ਸਾਹਮਣੇ ਆਇਆ ਜਿੱਥੇ ਇੰਨੇ ਦਿਨੀ ਬਰਸਾਤ ਹੋ ਰਹੀ ਹੈ ਜੀਰਕਪੁਰ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਉਸ ਸਮੇਂ ਹਾਦਸਾ ਗ੍ਰਸਤ ਹੋ ਗਈ ਜਦੋਂ ਸਵੇਰ ਦੇ ਸਮੇਂ ਬੱਸ ਬੱਚਿਆਂ ਨੂੰ ਸਕੂਲ ਨੂੰ ਸਕੂਲ ਲੈ ਕੇ ਜਾਣ ਵਾਸਤੇ ਜਾ ਰਹੀ ਸੀ ਬੱਸ ਜੀਰਕਪੁਰ ਤੋਂ ਸ਼ਿਵਾਨ ਕਲੇਵ ਤੋਂ ਪਿੰਡ ਦولت ਸਿੰਘ ਵਾਲਾ ਦੇ ਰਸਤੇ ਜਾ ਰਹੀ ਸੀ ਤਾਂ ਬਰਸਾਤ ਦੇ ਕਾਰਨ ਸੜਕ ਦੀ ਚੌੜਾਈ ਘਟ ਹੋਣ ਕਾਰਨ ਦੋ ਬਾਨਾਂ ਦਾ ਲੰਘਣਾ ਮੁਸ਼ਕਲ ਸੀ ਜਿੱਥੇ ਬੱਸ ਦੇ ਡਰਾਈਵਰ ਵੱਲੋਂ ਇੱਕ ਹੋਰ ਸਕੂਲ ਦੀ ਬੱਸ ਨੂੰ ਰਸਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਸਮੇਂ ਸੜਕ ਦੇ ਨਾਲ ਕਿਨਾਰੇ ਤੇ ਬਣੇ ਹੋਏ ਨਾਲੇ ਦੀ ਮਿੱਟੀ ਤਸ ਗਈ ਬੱਸ ਦਾ ਟਾਇਰ ਵੀ ਖਿਸਕ ਗਿਆ ਜਿਸ ਕਾਰਨ ਬੱਸ ਪਲਟ ਗਈ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ 14 ਤੋਂ 15 ਬੱਚੇ ਸਵਾਰ ਸਨ ਜਿਹੜੇ ਕਿ ਸੁਰੱਖਿਅਤ ਦੱਸੇ ਗਏ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਬੱਸ ਦੇ ਡਰਾਈਵਰ ਕੰਡਕਟਰ ਤੇ ਪਿੰਡ ਵਾਸੀਆਂ ਦੇ ਸੰਜੋਗ ਨਾਲ ਡਰਾਈਵਰ ਸੀਟ ਤੋਂ ਬਾਹਰ ਕੱਢਿਆ ਗਿਆ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਸੜਕ ਟੁੱਟੀ ਹੋਣ ਦੇ ਕਾਰਨ ਦੋ ਵਾਹਨਾਂ ਦੇ ਲੰਘਣ ਦੌਰਾਨ ਅਜਿਹਿਆਂ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਪੰਜਾਬ ਦੇ ਵਿੱਚ ਬਰਸਾਤ ਦੇ ਦਿਨਾਂ 'ਚ ਸੜਕ ਦੇ ਕਿਨਾਰਿਆਂ ਤੇ ਮਿੱਟੀ ਨਾ ਹੋਣ ਕਾਰਨ ਤੇ ਗੰਦੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਦੇ ਕਾਰਨ ਅਜਿਹੇ ਹਾਦਸੇ ਵਾਪਰਦੇ ਨੇ ਧੰਨਵਾਦ